ਇਹ ਕੁਦਰਤ ਦੀ ਮਾਰ ਦਾ ਜਿਹੜਾ ਅੰਸ਼ ਹੈ ਨਾ ਉਹ 5% ਹੈ, 95% ਸਰਕਾਰੀ ਅਫਸਰਾਂ ਦੀ ਅਣਗਹਿਲੀ ਦੀ ਮਾਰ ਹੈ, ਪੰਜਾਬ ਸਰਕਾਰ ਦੀ ਅਣਗਹਿਲੀ ਦੀ ਮਾਰ ਹੈ। ਇਹ ਜਿੱਥੇ ਅਸੀਂ ਖੜੇ ਹਾਂ ਇਸ ਦੇ ਅੰਦਰ ਜਿਹੜੀ ਗਾਦ ਹੈ ਲਗਭਗ 15 ਮੀਟਰ ਹੈ, 50 ਫੀਟ ਦੀ ਗਾਦ ਹੈ। ਜੇ ਇੱਥੇ 10 ਫੀਟ ਹੁਣ JCB ਲਾਈਏ ਅਸੀਂ 5 ਤੋਂ 10 ਫੀਟ ਚ ਸੇਮ ਥੱਲੇ ਪਾਣੀ ਆਜੂਗਾ, ਤੇ ਜੇ 50 ਫੀਟ ਗਾਦ ਨਾ ਹੁੰਦੀ ਇਹ ਭਰਿਆ ਹੁੰਦਾ, ਇੱਧਰ ਪਾਣੀ ਹੁੰਦਾ, ਇਹ ਚ ਮਛਲੀਆਂ ਹੁੰਦੀਆਂ ਔਰ ਆਸ ਪਾਸ ਜਾਨਵਰ ਆ ਕੇ ਇੱਥੇ ਪਾਣੀ ਪੀ ਰਹੇ ਹੁੰਦੇ। ਤੁਹਾਡੇ ਕਹਿਣ ਦੇ ਮੁਤਾਬਕ ਇਹਦੇ ਵਿੱਚ ਗਾਰ ਆ ਕੇ 15-15 ਫੁੱਟ ਗਾਰ ਜੰਮੀ ਹੋਈ ਹੈ, 15 ਮੀਟਰ 50 ਫੁੱਟ ਔਰ ਹੋਰ ਤਾਂ ਹੋਰ 93 ਚ ਜਦ ਵਰਲਡ ਬੈਂਕ ਦੇ ਪ੍ਰੋਜੈਕਟ ਤੋਂ ਬਾਅਦ ਇਹ ਡੈਮ ਦੀ ਕੰਸਟਰਕਸ਼ਨ ਹੋਈ ਉਸ ਤੋਂ ਲੈ ਕੇ ਹੁਣ ਤੱਕ ਇਹਦੀ ਡੀਸਿਲਟਿੰਗ ਨਹੀਂ ਹੋਈ, ਇਹਦੇ ਮਿੱਟੀ ਨੀ ਗਾਦ ਹੀ ਨਹੀਂ ਕੱਢੇਗੀ ਔਰ ਅੱਜ ਗਾਦ ਜਿਹੜੀ ਹੈ ਬਿਲਕੁਲ ਨੱਕੋ ਨੱਕ ਆ ਗਈ ਹੋਈ ਹੈ। ਜੇ ਹੋਰ ਇੱਕ ਅੱਧਾ ਮੌਸਮ ਪਾਣੀ ਦਾ ਨਿਕਲਿਆ ਚੰਗਾ ਤੇ ਮੈਨੂੰ ਲੱਗਦਾ ਕਿ 4-5-3-4 ਫੁੱਟ ਹੋਰ ਆਉਣੀ, ਉਸ ਤੋਂ ਬਾਅਦ ਪਾਣੀ ਖੜਨਾ ਇੱਥੇ ਬੰਦ ਹੋ ਜਾਣਾ ਹੈ, ਤੇ ਇਹਦੇ ਲਈ ਜ਼ਿੰਮੇਵਾਰ ਜੇ ਹੈ ਤਾਂ ਇਰੀਗੇਸ਼ਨ ਡਿਪਾਰਟਮੈਂਟ ਹੈ। ਤੁਸੀਂ ਆਸ ਪਾਸ ਦੇ ਹਾਲਾਤ ਉਹਨੇ ਦੇਖ ਰਹੇ ਸੀ, ਕਿੰਨਾ ਕੁ ਨੁਕਸਾਨ ਹੋਇਆ? ਦੇਖੋ ਜਿਹੜਾ ਫਸਲਾਂ ਦਾ ਨੁਕਸਾਨ, ਜਿਹੜਾ ਖੇਤਾਂ ਦਾ ਨੁਕਸਾਨ ਇਸ ਡੈਮ ਬਣਨ ਕਰਕੇ, ਛੋਟੀ ਪਰਛ, ਵੱਡੀ ਪਰਛ, ਸਿਉਂਕ, ਜਿਹੜੇ ਆਸ ਪਾਸ ਦੇ ਪਿੰਡਾਂ ਜਿਹਨੂੰ ਜਿਹੜਾ ਹਰਿਆਲੀ ਆ ਗਈ, ਬੰਜਰ ਜ਼ਮੀਨ ਨੂੰ ਪਾਣੀ ਮਿਲ ਗਿਆ, ਉਹ ਨੁਕਸਾਨ ਤਾਂ ਬਾਅਦ ਦੀ ਗੱਲ ਹੈ। ਪਹਿਲੇ ਨੁਕਸਾਨ ਇੱਥੇ ਗੱਲ ਕਰੀਏ ਵਾਈਲਡ ਲਾਈਫ ਦੇ ਨੁਕਸਾਨ ਦੀ ਗੱਲ ਕਰੀਏ, ਜੰਗਲੀ ਜਾਨਵਰਾਂ ਦਾ ਕਰੀਏ। ਇਸ ਡੈਮ ਦੇ ਅੰਦਰ ਬਹੁਤ ਸਾਰੀ ਮੱਛੀਆਂ ਸੀਗੀਆਂ, ਇਸ ਡੈਮ ਦੇ ਅੰਦਰ ਕਛੂਏ ਸੀਗੇ, ਇਸ ਡੈਮ ਦੇ ਅੰਦਰ ਹੋਰ ਪਾਣੀ ਦੇ ਜੀਵ ਜੰਤੂ ਸੀਗੇ, ਸਾਰੇ ਫਰੋਗ ਜਿਹੜੇ ਸਾਰੇ ਹੁਣ ਮਰ ਚੁੱਕੇ ਨੇ, ਨਹੀਂ ਨੇ। ਇਹ ਪਰਲੇ ਪਾਸੋਂ ਬਾਰਾਸਿੰਘਾ ਆਉਂਦਾ ਹੈ, ਸਾਂਬਰ ਆਉਂਦਾ, ਜਾਂ ਫਿਰ ਨੀਲ ਗਾਏ ਆਉਂਦੀ ਹੈ, ਜਾਂ ਹੋਰ ਜਿਹੜੇ ਜਾਨਵਰ ਇੱਥੋਂ ਆਉਂਦੇ ਨੇ ਉਹ ਇਸ ਗਾਹ 'ਚ ਆ ਕੇ ਫਸ ਜਾਂਦੇ ਨੇ, ਪਾਣੀ ਪੀਣ ਆਉਂਦੇ ਗਾਹ 'ਚ ਫਸ ਜਾਂਦੇ, ਉਹਦੀ ਟੰਗਾਂ ਟੁੱਟ ਜਾਂਦੀਆਂ, ਟੰਗਾਂ ਟੁੱਟਦੀ ਜਾਨਵਰ ਦੀ ਚੱਲ ਨਹੀਂ ਸਕਦਾ, ਉਸ ਤੋਂ ਜੰਗਲੀ ਕੁੱਤੇ ਨੋਚ ਨੋਚ ਕੇ ਖਾ ਲੈਂਦੇ। ਲਗਭਗ 650 ਦੇ ਕਰੀਬ ਇਹ ਪਿੰਡ ਵਾਲੇ ਦੱਸ ਨੇ, 650 ਦੇ ਕਰੀਬ ਇੱਥੇ ਐਸਟੀਮੇਟ ਹੈ ਜਾਨਵਰ ਦੀ ਮੌਤ ਇੱਥੇ ਹੋਈ ਹੈ। ਅਣਗਹਿਲੀ ਕਿਹਦੀ ਹੈ? ਇਰੀਗੇਸ਼ਨ ਡਿਪਾਰਟਮੈਂਟ, ਵਾਈਲਡ ਲਾਈਫ ਕੰਜ਼ਰਵੇਸ਼ਨ ਡਿਪਾਰਟਮੈਂਟ ਤੇ ਮਾਈਨਿੰਗ ਡਿਪਾਰਟਮੈਂਟ, ਜਿਹੜੇ ਇੱਥੋਂ ਡੀਸਿਲਟਿੰਗ ਨਹੀਂ ਕਰਨ ਦਿੰਦਾ, ਕਿਉਂਕਿ ਲੋਕ ਕਾਰ ਸੇਵਾ ਕਰਕੇ ਡੀਸਿਲਟਿੰਗ ਕਰਨਾ ਚਾਹੁੰਦੇ ਨੇ, ਲੋਕ ਇੱਥੇ ਕੰਮ ਕਰਨਾ ਚਾਹੁੰਦੇ ਨੇ, ਮਾਈਨਿੰਗ ਵਾਲਾ ਕੇ ਰੋਕ ਦਿੰਦੇ ਨੇ। ਹੁਣ ਦੇਖ ਰਹੇ ਕਿ ਕੋਈ ਟਰੈਕਟਰ ਲੱਗੇ, ਟੋਏ ਪੱਟੇ ਜਾ ਰਹੇ ਆ, ਪਾਣੀ ਵੀ ਪਾਇਆ ਜਾ ਰਿਹਾ ਕੋਈ ਟੈਂਕਰਾਂ ਨਾਲ। ਇਸ ਤਰ੍ਹਾਂ ਕਿ ਵੀ ਇੱਥੇ 4-5 ਦਿਨ ਪਹਿਲੇ ਇੱਥੇ ਇੱਕ ਰੀਲ ਬਣਾਈ ਲੋਕਾਂ ਨੇ, ਪਿੰਡ ਦੇ ਲੋਕਾਂ ਨੇ, ਔਰ ਉਹ ਵਾਇਰਲ ਹੋ ਗਈ, ਔਰ ਵਾਇਰਲ ਹੋਣ ਕਰਕੇ ਇੱਥੇ ਲੋਕ ਸੇਵਾ ਕਰਨ ਨੂੰ ਆਉਣਾ ਸ਼ੁਰੂ ਹੋ ਗਏ। ਪਹਿਲੇ ਪਿੰਡ ਦੇ ਲੋਕ ਸੇਵਾ ਕਰਦੇ ਸੀ, ਹੁਣ ਚੰਡੀਗੜ੍ਹ ਤੋਂ ਨਾਸਤੋਂ, ਮਣੀ ਮਾਜਰਾ, ਡੇਰਾਬੱਸੀ, ਲਾਲੜੂ ਤੋਂ ਵੀ ਲੋਕ ਇੱਥੇ ਪਾਣੀ ਦੀ ਸੇਵਾ, ਕਾਲਕਾ ਤੋਂ ਲੋਕ ਪਾਣੀ ਸੇਵਾ ਲਗਾ ਰਹੇ ਨੇ। ਇਹ ਉਹ ਲੋਕ ਨੇ ਜਿਹੜੇ ਟਰੈਕਟਰ ਧਿਆਨ ਨਾਲ ਦੇਖੋਗੇ, ਜਿਹੜੇ ਆਪ ਸੇਵਾ ਕਰਦੇ ਨੇ। ਪਰ ਦੁੱਖ ਦੀ ਗੱਲ ਹੈ, ਅੱਜ ਸਵੇਰੇ ਇਰੀਗੇਸ਼ਨ ਡਿਪਾਰਟਮੈਂਟ ਆਇਆ, ਇਹਨੇ ਇਹ ਸੇਵਾ ਵੀ ਬੰਦ ਕਰਾਤੀ, ਕਹਿੰਦੇ ਤੁਸੀਂ ਕਰ ਨਹੀਂ ਸਕਦੇ, ਪਰਮਿਸ਼ਨ ਲਓ। ਉਹ ਭਲੇ ਮਾਨਸ ਹੋ, ਤੁਸੀਂ ਗਾਹ ਤੇ ਕੱਢ ਨਹੀਂ ਸਕਦੇ, ਪਾਣੀ ਇੰਸ਼ੋਰ ਕਰ ਨਹੀਂ ਸਕਦੇ, ਤੇ ਜਿਹੜੇ ਲੋਕ ਪਿੰਡ ਦੇ ਆਪ ਕੋਸ਼ਿਸ਼ ਕਰਦੇ ਪਏ, ਤੁਸੀਂ ਉਹਨਾਂ ਨੂੰ ਰੋਕਦੇ ਪਏ ਹੋ। ਇਹ ਬਹੁਤ ਵੱਡੀ ਸਰਕਾਰ ਦੀ ਅਣਗਹਿਲੀ ਹੈ। ਮੇਰੀ ਬੇਨਤੀ ਹੈ, ਮਾਨ ਸਾਹਿਬ ਨੂੰ ਬੇਨਤੀ ਹੈ ਕਿ ਤੁਰੰਤ ਜਿਹੜਾ ਹੈਗਾ ਇਰੀਗੇਸ਼ਨ ਡਿਪਾਰਟਮੈਂਟ, ਵਾਈਲਡ ਲਾਈਫ ਕੰਜ਼ਰਵੇਸ਼ਨ ਡਿਪਾਰਟਮੈਂਟ ਔਰ ਮਾਈਨਿੰਗ ਡਿਪਾਰਟਮੈਂਟ ਦੇ ਜਿਹੜੇ ਇਸ ਇਲਾਕੇ ਦੇ ਅਫਸਰ ਹੈ, ਉਹਨਾਂ ਦੇ ਉੱਪਰ 650 ਜਾਨਵਰਾਂ ਦੀ ਮੌਤ ਦਾ ਪਰਚਾ ਦਰਜ ਹੋਣਾ ਚਾਹੀਦਾ। ਦੂਜਾ, ਇਹ ਡੀਸਿਲਟਿੰਗ ਦਾ ਜੇ ਕਹਿੰਦੇ ਟੈਂਡਰ ਲੱਗਿਆ ਤੇ ਟੈਂਡਰ ਲੱਗਿਆ ਤੇ ਉਹ ਟੈਂਡਰ ਨੂੰ ਪੂਰਾ ਕਰੋ, ਇਹਦੀ ਡੀਸਿਲਟਿੰਗ ਕਰਾਓ, ਤੇ ਨਾਲ ਇਹ ਵੀ ਜ਼ਰੂਰ ਕਰੋ ਕਿ 93 ਤੋਂ ਹੁਣ ਤੱਕ ਜਿਹੜਾ ਹੈਗਾ ਡੀਸਿਲਟਿੰਗ ਕਿਉਂ ਨਹੀਂ ਹੋਈ, ਤੇ ਜੇ ਡੀਸਿਲਟਿੰਗ ਕਾਗਜ਼ਾਂ 'ਚ ਹੋਈ ਹੈ ਤੇ ਉਹਦੇ ਵੀ ਕਰਪਸ਼ਨ ਦੀ ਜ਼ਿੰਮੇਵਾਰੀ ਅਫਸਰਾਂ ਦੀ ਫਿਕਸ ਹੋਣੀ ਚਾਹੀਦੀ ਹੈ।